ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਜਾਣਕਾਰੀ। ਜਾਣਕਾਰੀ ਵੱਲ ਵਧਣ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਟਲੀ ਇਨਫੋ 'ਤੇ। ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੈਲ ਆਈਕਨ ਨੂੰ ਦੱਬਣਾ ਨਾ ਭੁੱਲਿਓ। ਅਤੇ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਤੁਸੀਂ ਥੰਬਨੇਲ 'ਤੇ ਪੜ੍ਹਿਆ ਹੋਵੇਗਾ, ਨੂਲਾ ਉਸਤਾ ਜੇਕਰ ਕੋਟਾ ਵਧਿਆ ਤਾਂ ਪੇਪਰ ਭਰ ਸਕਦੇ ਹਨ, ਅਤੇ VFS ਦੀ ਅਪੁਆਇੰਟਮੈਂਟ ਨਿਊ ਅਪਡੇਟ, ਇਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਅਤੇ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਅੱਜ ਦੀ ਗੱਲਬਾਤ ਸ਼ੁਰੂ। ਇੱਕ ਵੀਰ ਦਾ ਕਮੈਂਟ ਆਇਆ ਸੀ, ਉਸਨੇ ਪੁੱਛਿਆ ਕਿ ਜੇ ਕੋਟਾ ਵਧਿਆ ਤਾਂ ਪੇਪਰ ਭਰ ਸਕਦੇ ਹਾਂ। ਅਤੇ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਹੋਣੇ ਜਿਹੜੇ ਚਾਹੁੰਦੇ ਸੀਗੇ ਕਿ ਪੇਪਰ ਭਰੀਏ, ਜਾਂ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਲੇਟ ਹੋ ਗਏ, ਅਤੇ ਉਹਨਾਂ ਦੇ ਵੀ ਇਹ ਸਵਾਲ ਹੋਣਾ ਕਿ ਅਸੀਂ ਪੇਪਰ ਭਰ ਸਕਦੇ ਹਾਂ ਜੇ ਕੋਟਾ ਵੱਧਦਾ ਆ। ਅਤੇ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਜੇਕਰ ਕੋਟਾ ਇਹ ਵੱਧਦਾ ਆ, ਤਾਂ ਸਭ ਤੋਂ ਪਹਿਲਾਂ ਤਾਂ ਹਜੇ ਤਾਂ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿ ਇੰਡੀਆ ਤੋਂ ਜਾਂ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਤੋਂ ਨਵੇਂ ਬੰਦਿਆਂ ਦੇ ਪੇਪਰ ਭਰ ਹੋਣਗੇ, ਕਿਉਂਕਿ ਫਿਲਹਾਲ ਤਾਂ ਉਹਨਾਂ ਨੇ ਜਿਹੜੇ ਪਹਿਲੇ ਪੇਪਰ ਭਰ ਹੋਏ ਵੀ, ਕਿਉਂਕਿ ਪੇਪਰ ਜਿੱਦਾਂ 82,000 ਦਾ ਕੋਟਾ ਸੀ ਅਤੇ 2.5 ਲੱਖ ਤੋਂ ਜ਼ਿਆਦਾ ਪੇਪਰ ਭਰ ਹੋ ਗਏ, ਅਤੇ ਪਹਿਲਾਂ ਤਾਂ ਉਹਨਾਂ ਨੇ ਉਹ ਪੂਰੇ ਕਰਨੇ ਆ। ਉਹ ਪੂਰੇ ਕਰਨ ਤੋਂ ਬਾਅਦ ਹੁਣ ਕਿਉਂਕਿ ਪੇਪਰ ਤਾਂ ਖੁੱਲ੍ਹੇ ਹੀ ਆ, ਲਗਾਤਾਰ 3 ਸਾਲ ਲਈ 2025 ਤੱਕ ਪੇਪਰ ਖੁੱਲ੍ਹੇ ਆ। ਅਤੇ ਹੁਣ ਜੇ ਉਹਨਾਂ ਨੂੰ ਜ਼ਰੂਰਤ ਹੋਈ ਬੰਦਿਆਂ ਦੀ ਵੀ ਬਾਹਰੋਂ ਹੋਰ ਕੰਟਰੀ ਤੋਂ ਬੰਦੇ ਬੁਲਾਉਣੇ, ਅਤੇ ਉਹਨਾਂ ਨੇ ਸਿਰਫ ਕੋਟਾ ਹੀ ਜਾਰੀ ਕਰਨਾ, ਅਤੇ ਫਿਰ ਉਸ ਟਾਈਮ ਪੇਪਰ ਭਰ ਹੋਣੇ ਆ। ਅਤੇ ਅਦਰਵਾਈਜ਼ ਹਜੇ ਕੋਈ ਇੱਦਾਂ ਦੀ ਹੈ ਨਹੀਂ ਕਿ ਵੀ ਬਾਹਰੋਂ ਕੋਈ ਬੰਦਾ ਹੋਰ ਕੰਟਰੀ ਤੋਂ ਬੰਦੇ ਬੁਲਾਉਣੇ ਆ, ਕਿਉਂਕਿ ਫਿਲਹਾਲ ਉਹਨਾਂ ਕੋਲ ਆਪਣੇ ਕੋਲ ਹਜੇ ਬਹੁਤ ਬੰਦਿਆਂ ਦੀ ਐਪਲੀਕੇਸ਼ਨਾਂ ਗਈਆਂ ਵਾ, ਅਤੇ ਜਦੋਂ ਉਹ ਪੂਰੇ ਕਰਨ ਤੋਂ ਬਾਅਦ ਫਿਰ ਕਹਿ ਨਹੀਂ ਸਕਦੇ ਕਿ ਕਦੋਂ ਬੁਲਾਉਂਗੇ, ਕਦੋਂ ਦੁਬਾਰਾ ਕੋਟਾ ਖੋਲੂਗੇ। ਇਸ ਲਈ ਜੇਕਰ ਕੋਟਾ ਵੱਧ ਜਾਂਦਾ ਹੈ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਹੀ ਨੂਲੇ ਉਸ 'ਤੇ ਜਾਰੀ ਕਰਨੇ ਜਿਹੜੇ ਇਹਨਾਂ ਦੀ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਗਈਆਂ ਵਾ ਪਹਿਲਾਂ, ਅਤੇ ਉਸ ਤੋਂ ਬਾਅਦ ਅਗਰ ਉਹ ਉਹਨਾਂ ਨੂੰ ਹੋਰ ਬੰਦਿਆਂ ਦੀ ਜ਼ਰੂਰਤ ਹੋਈ ਫਿਰ ਕੋਟਾ ਜਾਰੀ ਕਰੂੰਗੇ ਕਿ ਬਾਹਰਲੇ ਦੇਸ਼ਾਂ ਤੋਂ ਹੋਰ ਬੰਦੇ ਬੁਲਾਉਣੇ। ਅਤੇ ਫਿਲਹਾਲ ਹਜੇ ਕੁਛ ਨਹੀਂ ਕਹਿ ਸਕਦੇ ਇਸ ਬਾਰੇ, ਅਤੇ ਫਿਲਹਾਲ ਤਾਂ ਕਿਉਂਕਿ ਉਹਨਾਂ ਕੋਲ ਆਪਣੀ ਕੋਲ ਐਪਲੀਕੇਸ਼ਨਾਂ ਬਹੁਤ ਗਈਆਂ ਵਾ। ਅਤੇ ਹੁਣ ਗੱਲ ਕਰਦੇ ਹਾਂ, ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਕਿ ਹੋਰ ਕਿੰਨੀ ਦੇਰ ਵੇਟ ਕਰੀਏ ਨੂਲੇ ਉਸਤਿਆਂ ਦਾ, ਕਦੋਂ ਤੱਕ ਪੇਪਰ ਨਿਕਲ ਜੂਗੇ ਸਾਡੇ। ਅਤੇ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ, ਮੈਂ ਕੱਲ੍ਹ ਵੀ ਵੀਡੀਓ ਵਿੱਚ ਦੱਸਿਆ ਸੀ ਅਤੇ ਅੱਜ ਫਿਰ ਦੱਸ ਦਿੰਦਾ ਕਿ ਉਹਨਾਂ ਵੀਡੀਓ ਵਿੱਚ ਹੀ ਫਿਰ ਵੀ ਕਮੈਂਟ ਆਏ ਸੀ, ਅਤੇ ਮੈਂ ਫਿਰ ਦੱਸ ਦਿੰਦਾ ਕਿ ਜਿਹੜੇ ਇਹ ਪੇਪਰ ਆ, ਜੇ ਸਰਕਾਰ ਦੇ ਹਿਸਾਬ ਨਾਲ ਦੇਖਿਆ ਜਾਵੇ, ਜਿੱਦਾਂ ਉਹਨਾਂ ਨੇ ਕਿਹਾ ਸੀ, ਅਤੇ ਉਹਨਾਂ ਨੇ 60 ਦਿਨ ਦਾ ਕਿਹਾ ਵਾ ਟਾਈਮ ਦਿੱਤਾ ਵਾ, ਵੀ 60 ਦਿਨ ਦੇ ਅੰਦਰ ਅੰਦਰ ਜਿਨ੍ਹਾਂ ਦੇ ਕੋਈ ਪੇਪਰਾਂ 'ਚ ਕੋਈ ਕਮੀ ਨਹੀਂ ਹੈਗੀ ਉਹਨਾਂ ਨੂੰ ਪੇਪਰ ਮਿਲ ਜਾਣੇ ਆ, ਨੂਲੇ ਉਸ 'ਤੇ ਜਾਰੀ ਹੋ ਜਾਣੇ ਆ। ਲੇਕਿਨ ਅਗਰ ਕਿਸੇ ਦੇ ਕਮੀ ਪੇਸ਼ੀ ਹੋਈ ਕੋਈ, ਕਿਉਂਕਿ ਪੇਪਰ ਦੀ ਘਾਟ ਵਾ, ਤਾਂ ਉਹ ਜਮ੍ਹਾਂ ਕਰਾ ਦਿੰਦਾ, ਉਹਦਾ ਥੋੜ੍ਹੇ ਜਿਹੇ ਹੋਰ ਲੇਟ ਹੋ ਸਕਦੇ। ਪਰ ਜੇਕਰ ਕਿਸੇ ਵੀਰ ਦੇ 60 ਦਿਨ ਬਾਅਦ ਪੇਪਰ ਨਹੀਂ ਨਿਕਲਦੇ, ਅਤੇ ਕਿਉਂਕਿ ਪੇਪਰ ਦੀ ਜਿੱਦਾਂ ਮਾਲਕ ਨੇ ਬਾਅਦ ਵਿੱਚ ਲੇਟ ਜਮ੍ਹਾਂ ਕਰਾਏ ਹੋਵੇ, ਉਹਦੇ ਥੋੜ੍ਹੇ ਜਿਹੇ ਲੇਟ ਹੋ ਸਕਦੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ 60 ਦਿਨਾਂ 'ਚ ਜਾਂ ਥੋੜ੍ਹੇ ਹੋਰ ਦਿਨਾਂ ਬਾਅਦ ਨਹੀਂ ਨਿਕਲਿਆ ਤਾਂ ਤੁਹਾਡਾ ਨੂਲਾ ਉਸ ਤਾਂ ਜਾਰੀ ਨਹੀਂ ਹੋਣਾ, ਕਿਉਂਕਿ ਇਹਦੀ ਲਾਸਟ ਡੇਟ ਕੋਈ ਨਹੀਂ ਹੁੰਦੀ। ਕਈ ਵਾਰੀ ਕੀ ਹੁੰਦਾ, 6 ਮਹੀਨੇ ਬਾਅਦ ਵੀ ਕਈਆਂ ਦੇ ਨੂਲੇ ਉਸ 'ਤੇ ਜਾਰੀ ਹੋ ਜਾਂਦੇ, ਸਾਲ ਵੀ ਲੱਗ ਜਾਂਦਾ, ਸਾਲ ਬਾਅਦ ਵੀ ਵੀਰਾਂ ਦੇ ਨੂਲੇ ਉਸ 'ਤੇ ਜਾਰੀ ਹੋਏ ਆ, ਅਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਕੋਈ ਲਾਸਟ ਡੇਟ ਹੁੰਦੀ ਆ। ਅਤੇ ਦੋਸਤੋ, ਜੇਕਰ ਕੋਟਾ ਫੁੱਲ ਵੀ ਹੋ ਜਾਂਦਾ ਤਾਂ ਤੁਸੀਂ ਘਬਰਾਇਓ ਨਾ, ਕਿਉਂਕਿ ਪੂਰੇ ਚਾਂਸ ਆ ਦੁਬਾਰਾ ਕੋਟਾ ਖੁੱਲ੍ਹਣ ਦੇ। ਅਗਰ ਦੁਬਾਰਾ ਕੋਟਾ ਖੁੱਲ੍ਹਦਾ ਹੈ ਤਾਂ ਤੁਹਾਡੇ ਸਾਰਿਆਂ ਦੇ ਪੇਪਰ ਨਿਕਲ ਜਾਣੇ ਆ, ਅਤੇ ਇਸ ਕਰਕੇ ਮੇਰੇ ਵੀਰ ਜ਼ਿਆਦਾ ਇਸ ਚੀਜ਼ ਦਾ ਨਾ ਸੋਚਿਓ ਕਿ ਨਿਕਲੇ ਨਹੀਂ ਹੈਗੇ, ਅਤੇ ਕੋਟਾ ਵਧਣ ਦੇ ਬਹੁਤ 100% ਇਹ ਕਹਿ ਸਕਦੇ ਚਾਂਸ ਹੈਗੇ ਆ। ਅਤੇ ਜੇ ਕੋਟਾ ਵੱਧਦਾ ਹੈ ਤਾਂ ਸਾਰੇ ਵੀਰਾਂ ਦੇ ਨੂਲੇ ਉਸ 'ਤੇ ਜਾਰੀ ਹੋ ਜਾਣੇ ਆ, ਅਤੇ ਇਸ ਕਰਕੇ ਜਿਨ੍ਹਾਂ ਦਾ ਨਹੀਂ ਨੂਲਾ ਉਸ ਦਾ ਹਜੇ ਜਾਰੀ ਹੋਇਆ ਜਾਂ 1-2 ਮਹੀਨੇ ਵੀ ਲੰਘ ਗਏ, ਅਤੇ ਉਹਨਾਂ ਨੂੰ ਵੇਟ ਇਹ ਕਰਨਾ ਪੈਣਾ, ਥੋੜ੍ਹਾ ਵੇਟ ਹੋਰ ਕਰ ਲਿਓ। ਅਤੇ ਹੁਣ ਗੱਲ ਕਰਦੇ ਹਾਂ ਜਿਹੜੇ ਨੂਲੇ ਉਸ 'ਤੇ ਹੋਰ ਜਾਰੀ ਹੋਏ ਆ। ਪਹਿਲਾਂ ਕਰਦੇ ਹਾਂ ਗੱਲ ਕੁਸੇਂਜਾ। ਕੁਸੇਂਜਾ ਤੋਂ 9:01:13 ਲਤੀਨਾ ਦਾ 1 ਸਾਲ ਵਾਲਾ, ਅਤੇ ਰੋਮ ਦਾ 1 ਸਾਲ ਵਾਲਾ 9:03:26, ਵਰੋਨਾ ਸਾਲ ਵਾਲਾ 9:02:34, ਗਸੈਰਤਾ ਸਾਲ ਵਾਲਾ 9:10:01। ਅਤੇ ਇਹ ਸੀਗੇ ਜਿਹੜੇ ਨੂਲੇ ਉਸ 'ਤੇ ਸਾਡੇ ਤੱਕ ਹੁਣ ਤੱਕ ਅਪਡੇਟ ਪਹੁੰਚੀ ਆ। ਦੋਸਤੋ, ਮੈਂ ਪਹਿਲਾਂ ਵੀ ਆਪਣੀ ਵੀਡੀਓ 'ਚ ਕਿਹਾ ਸੀ, ਇਸ ਵਾਰ ਫਿਰ ਕਹਿੰਦਾ ਆ ਕਿ ਜਿਹੜੇ ਮੇਰੇ ਵੀਰ ਦਾ ਨੂਲਾ ਉਸ 'ਤੇ ਜਾਰੀ ਹੋ ਜਾਂਦਾ ਆ, ਉਹ ਆਪਣਾ ਟਾਈਮ ਅਤੇ ਸਿਟੀ ਦਾ ਨਾਮ ਲਿਖ ਕੇ ਜ਼ਰੂਰ ਕਮੈਂਟ ਬੋਕਸ 'ਚ ਸੈਂਡ ਕਰਿਆ ਕਰੋ, ਤਾਂ ਕਿ ਅਸੀਂ ਹੋਰ ਵੀਰਾਂ ਨੂੰ ਵੀ ਦੱਸ ਸਕੀਏ, ਤਾਂ ਕਿ ਸਾਡੇ ਹੋਰ ਵੀਰਾਂ ਨੂੰ ਵੀ ਥੋੜ੍ਹਾ ਹੌਸਲਾ ਹੋ ਸਕੇ ਕਿ ਪੇਪਰ ਨਿਕਲ ਰਹੇ ਆ। ਅਤੇ ਇਸ ਲਈ ਮੇਰੇ ਵੀਰ ਜਿਹੜੇ ਜਿਹਨੂੰ ਵੀ ਨੂਲਾ ਉਸਤਾ ਜਾਰੀ ਹੋ ਜਾਂਦਾ, ਉਹ ਜ਼ਰੂਰ ਕਮੈਂਟ ਬੋਕਸ 'ਚ ਮੈਸੇਜ ਕਰਿਆ ਕਰੋ। ਅਤੇ ਹੁਣ ਗੱਲ ਕਰਦੇ ਹਾਂ VFS ਅਪੁਆਇੰਟਮੈਂਟ ਨਿਊ ਅਪਡੇਟ। VFS ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਕਿ ਜਿਸ ਕਿਸੇ ਨੂੰ ਵੀ
ਸ਼ਨਗਨ ਵੀਜ਼ੇ ਦੀ ਅਪੁਆਇੰਟਮੈਂਟ ਚਾਹੀਦੀ ਹੈ, ਉਹ ਹਰ ਸੰਡੇ ਅਪੁਆਇੰਟਮੈਂਟ ਲੈ ਸਕਦਾ ਹੈ ਕਿਉਂਕਿ BFS ਹਰ ਸੰਡੇ 10 ਵਜੇ ਸ਼ਨਗਨ ਵੀਜ਼ੇ ਲਈ ਅਪੁਆਇੰਟਮੈਂਟ ਓਪਨ ਕਰੇਗੀ। ਅਤੇ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦਾ, ਇਹ ਸਿਰਫ ਸ਼ਨਗਨ ਵੀਜ਼ੇ ਲਈ ਅਪੁਆਇੰਟਮੈਂਟ ਹੋਣੀ ਆ, ਨਾ ਕਿ ਨੂਲੇ ਉਸਤੇ ਬਾਰੇ। ਅਤੇ ਇਸ ਲਈ ਜਿਹੜੇ ਵੀ ਵੀਰਾਂ ਨੇ ਸ਼ਨਗਨ ਵੀਜ਼ੇ ਦੀ ਅਪੁਆਇੰਟਮੈਂਟ ਲੈਣੀ ਉਹੀ ਸੰਡੇ ਨੂੰ ਟਰਾਈ ਕਰਿਓ। ਜੇਕਰ ਕਿਸੇ ਦਾ ਵੀ ਕੋਈ ਸਵਾਲ ਹੋਇਆ ਤਾਂ ਉਹ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ ਅਤੇ ਮੈਂ ਉਸਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਅਤੇ ਇਹ ਸੀ ਅੱਜ ਦੀ ਜਾਣਕਾਰੀ, ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।